ਸੋ ਐਸ ਪ੍ਰੋਮਿਸਡ ਜਿਸ ਤਰ੍ਹਾਂ ਨਵਿੰਦਰ ਨੇ ਸਾਡੇ ਸਾਰਿਆਂ ਨਾਲ ਪ੍ਰੋਮਿਸ ਕੀਤਾ ਸੀ ਕਿ ਉਹ ਇੱਕ ਨਵੀਂ ਐਲਬਮ ਜਾਂ ਫਿਰ ਗੀਤ ਲੈ ਕੇ ਆਉਣਗੇ, ਉਹਨਾਂ ਨੇ ਸਾਨੂੰ ਪੁੱਛਿਆ ਸੀ ਕਿ ਉਹ ਐਲਬਮ ਲੈ ਕੇ ਆਉਣ ਜਾਂ ਫਿਰ ਗੀਤ। ਸੋ ਉਹਨਾਂ ਦੇ ਫੈਨਸ ਚਾਹੁੰਦੇ ਸੀ ਕਿ ਉਹ ਨਵੀਂ ਐਲਬਮ ਲੈ ਕੇ ਆਉਣ, ਸੋ ਉਹ ਹਾਜ਼ਰ ਹੋਣ ਵਾਲੇ ਨੇ ਜਲਦ ਹੀ ਇੱਕ ਨਵੀਂ ਐਲਬਮ ਦੇ ਨਾਲ, ਜਿਸ ਗੱਲ ਦੀ ਅਨਾਊਂਸਮੈਂਟ ਉਹਨਾਂ ਨੇ ਸਾਡੇ ਨਾਲ ਸ਼ੇਅਰ ਕਰ ਦਿੱਤੀ ਹੈ ਇੱਕ ਛੋਟੇ ਜਿਹੇ ਪੋਸਟਰ ਨੂੰ ਸ਼ੇਅਰ ਕਰਕੇ, ਜਿੱਥੇ ਉਹਨਾਂ ਨੇ ਸਾਨੂੰ ਦੱਸ ਦਿੱਤਾ ਹੈ ਕਿ ਮਈ ਦੇ ਵਿੱਚ ਉਹਨਾਂ ਦੀ ਇਹ ਐਲਬਮ ਰਿਲੀਜ਼ ਹੋਵੇ, ਕਿਤੇ ਜਿੰਨੇ ਵੀ ਅਸੀਂ ਗਾਣੇ ਚਾਹਵਾਂਗੇ ਉਨੇ ਹੀ ਗਾਣੇ ਉਹ ਉਸ ਐਲਬਮ ਰਾਹੀਂ ਰਿਲੀਜ਼ ਕਰਨਗੇ। ਆਓ ਤੁਸੀਂ ਚੈੱਕ ਕਰੋ ਇਸ ਅਨਾਊਂਸਮੈਂਟ ਨੂੰ। ਦਿਸ ਮੇ ਹਾਊ ਮੈਨੀ ਸੌਂਗਸ ਯੂ ਗਾਇਸ ਵਾਂਟ ਇਨ ਦਾ ਐਲਬਮ, ਜਿੰਨੇ ਕਹੋ ਉਨੇ ਕਰਾਂਗੇ। ਸੋ ਜਿੱਥੇ ਅਸੀਂ ਸਾਰੇ ਐਕਸਾਈਟਡ ਹੋ ਚੁੱਕੇ ਹਾਂ ਉਹਨਾਂ ਦੀ ਐਲਬਮ ਲਈ ਅਤੇ ਉਹਨਾਂ ਦੇ ਐਲਬਮ ਦੇ ਵਿੱਚ ਆਉਣ ਵਾਲੇ ਗਾਣਿਆਂ ਦੇ ਲਈ, ਉੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਰੀਸੈਂਟਲੀ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸਰਪ੍ਰਾਈਜ਼ ਕਰ ਦਿੱਤਾ ਆਪਣੇ ਇੱਕ ਗਾਣੇ ਨੂੰ ਆਪਣੇ ਯੂਟਿਊਬ ਚੈਨਲ 'ਤੇ ਰਿਲੀਜ਼ ਕਰਕੇ। ਜੀ ਹਾਂ, ਉਹਨਾਂ ਦਾ ਗਾਣਾ ਗੈਂਗਵਾਰ ਰਿਲੀਜ਼ ਹੋ ਚੁੱਕਿਆ ਹੈ ਉਹਨਾਂ ਦੇ ਆਪਣੇ ਯੂਟਿਊਬ ਚੈਨਲ 'ਤੇ, ਜੋ ਕਿ ਸਾਨੂੰ ਸਾਰਿਆਂ ਨੂੰ ਬੇਹੱਦ ਹੀ ਪਸੰਦ ਆ ਰਿਹਾ। ਤੁਹਾਨੂੰ ਦੱਸ ਦੇਈਏ ਕਿ ਇਸ ਗਾਣੇ ਦੀ ਸਿਰਫ ਹਾਲੇ ਲਿਰੀਕਲ ਵੀਡੀਓ ਹੀ ਰਿਲੀਜ਼ ਹੋਈ ਹੈ ਅਤੇ ਆਈ ਐਮ ਸ਼ੋਰ ਕਿ ਜਲਦ ਹੀ ਅਸੀਂ ਸਾਰੇ ਇਸ ਗਾਣੇ ਦੀ ਵੀਡੀਓ ਨੂੰ ਵੀ ਇੰਜੋਏ ਕਰਾਂਗੇ। ਇਹ ਗਾਣਾ ਕਾਫੀ ਜ਼ਿਆਦਾ ਸੁਪਰ ਹਿੱਟ ਜਾ ਰਿਹਾ ਅਤੇ ਆਈ ਐਮ ਸ਼ੋਰ ਕਿ ਤੁਹਾਨੂੰ ਸਾਰਿਆਂ ਨੂੰ ਵੀ ਇਹ ਗਾਣਾ ਬੇਹੱਦ ਹੀ ਪਸੰਦ ਆਏਗਾ ਜਦੋਂ ਵੀ ਤੁਸੀਂ ਇਸ ਗਾਣੇ ਨੂੰ ਸੁਣੋਗੇ। ਇਸ ਤੋਂ ਇਲਾਵਾ ਹੁਣ ਜੇ ਮੈਂ ਗੱਲ ਕਰਾਂ ਨਵਿੰਦਰ ਦੇ ਰੀਸੈਂਟ ਟਰੈਕ ਦੀ, ਅਤੇ ਰੀਸੈਂਟਲੀ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਉਹਨਾਂ ਦਾ ਟਰੈਕ ਫਰਕ ਨਹੀਂ ਪੈਂਦਾ, ਫਰਕ ਨਹੀਂ ਪੈਂਦਾ ਗਾਣੇ ਨੂੰ ਸਾਰਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਗਾਣੇ ਨੂੰ ਸਾਰਿਆਂ ਨੇ ਖੂਬ ਇੰਜੋਏ ਵੀ ਕੀਤਾ ਅਤੇ ਖੂਬ ਸੁਣਿਆ ਵੀ। ਸੋ ਆਈ ਐਮ ਸ਼ੋਰ ਜਿੱਥੇ ਅਸੀਂ ਉਹਨਾਂ ਦੇ ਗਾਣੇ ਫਰਕ ਨਹੀਂ ਪੈਂਦਾ ਨੂੰ ਪਿਆਰ ਦਿੱਤਾ ਅਤੇ ਉਸ ਗਾਣੇ ਨੂੰ ਇੰਜੋਏ ਕੀਤਾ, ਉਸੇ ਤਰ੍ਹਾਂ ਅਸੀਂ ਉਹਨਾਂ ਦੀ ਐਲਬਮ ਨੂੰ ਵੀ ਖੂਬ ਇੰਜੋਏ ਕਰਾਂਗੇ। ਹੁਣ ਜੇ ਮੈਂ ਗੱਲ ਕਰਾਂ ਨਵਿੰਦਰ ਦੀ, ਤੁਹਾਨੂੰ ਦੱਸ ਦੇਈਏ ਕਿ ਨਵਿੰਦਰ ਦੇ ਕਈ ਗਾਣੇ ਇੰਨੇ ਜ਼ਿਆਦਾ ਸੁਪਰਹਿੱਟ ਰਹੇ ਨੇ ਕਿ ਉਹ ਬਾਲੀਵੁੱਡ ਤੱਕ ਚਰਚਾ ਵਿੱਚ ਰਹੇ ਨੇ। ਬਾਲੀਵੁੱਡ ਅਤੇ ਬਾਲੀਵੁੱਡ ਦੇ ਲੋਕ ਸਾਰੇ ਹੀ ਨਵਿੰਦਰ ਦੀ ਆਵਾਜ਼ ਦੇ ਫੈਨ ਬਣੇ ਹੋਏ ਨੇ। ਅਸੀਂ ਉਹਨਾਂ ਦੇ ਹੁਣ ਤੱਕ ਕਈ ਸੁਪਰਹਿੱਟ ਟਰੈਕਸ ਨੂੰ ਇੰਜੋਏ ਕਰ ਚੁੱਕੇ ਹਾਂ। ਉਹਨਾਂ ਦੇ ਟਰੈਕਸ ਜਿਵੇਂ ਕਿ ਵੱਖਰਾ ਸਵੈਗ, ਤੂੰ ਮੇਰਾ ਕੀ ਲੱਗਦਾ, ਅੱਤ ਤੇਰਾ ਯਾਰ, ਸੁਰਮਾ ਅਤੇ ਕਈ ਹੋਰ। ਸੋ ਜਿੱਥੇ ਅਸੀਂ ਹੁਣ ਤੱਕ ਉਹਨਾਂ ਦੇ ਗੀਤਾਂ ਨੂੰ ਪਿਆਰ ਦਿੱਤਾ, ਆਈ ਐਮ ਸ਼ੋਰ ਕਿ ਅਸੀਂ ਉਹਨਾਂ ਦੀ ਐਲਬਮ ਨੂੰ ਵੀ ਖੂਬ ਪਿਆਰ ਦੇਵਾਂਗੇ। ਬਾਕੀ ਤੁਸੀਂ ਕੀ ਚਾਹੁੰਦੇ ਹੋ ਕਿ ਉਹ ਆਪਣੀ ਐਲਬਮ ਵਿੱਚ ਕਿੰਨੇ ਕੁ ਗਾਣੇ ਲੈ ਕੇ ਆਉਣ, ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਤੇ ਇੰਟਰਸਟਿੰਗ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com, ਪ੍ਰੈਸ ਦਾ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰਮ ਗਬਰੂ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।